ਸਾਹਿਬ ਜੀ ਅਬਦੁਲ ਭਾਈ ਦਾ ਨਾਂ ਹੈ। ਅਬਦੁਲ ਭਾਈ ਨੇ ਬਹੁਤ ਤੇਜ਼ ਕੀਤੇ ਨੇ, ਉਹਦੇ ਸ਼ਹੀਦਾਂ ਨੇ ਬੋਲਦੇ ਨੇ ਬਹੁਤ ਪੈਸੇ ਖਰਚ ਕੀਤੇ ਨੇ। ਉਹ ਆਹ ਮੈਂ ਕਈ ਗੱਲ ਜਿੰਨੇ ਲੋਕਾਂ ਨੂੰ ਕਹਿੰਦਾ ਸੀ ਖਾਣੇ, ਉਹਨੇ ਬਹੁਤ ਅੱਛੇ ਬਣਾਏ ਨੇ ਸਭ ਨੂੰ, ਔਰ ਮਿੰਟੋ ਪਰ ਦੇ ਵਿੱਚ ਉਹਨੇ ਬਹੁਤ ਪੈਸੇ ਜ਼ਾਇਆ ਕੀਤੇ ਨੇ ਅਤੇ ਉਹਦੇ ਸ਼ਹੀਦ ਬੜੇ ਅੱਛੇ ਸੀ, ਬਹੁਤ ਅੱਛੇ ਪੰਜਾਬੀ ਸੀ। ਉਹਨੇ ਆਪਣੀ ਸਾਰੀ ਜ਼ਿੰਦਗੀ ਮਿੰਟੋ ਪਰ ਹੀ ਬਰਬਾਦ ਕੀਤੀ ਹੈ ਪੈਸੇ ਖਰਚ ਕਰ ਕਰਕੇ। ਲੋਕਾਂ ਨੂੰ ਖਾਣੇ ਬਹੁਤ ਅੱਛੇ ਖਵਾਏ ਨੇ, ਉਹਦੇ ਸ਼ਹੀਦ ਵੀ ਬਹੁਤ ਨੇ, ਉਹਦੇ ਅਮੈਰੀਕਾ 'ਚ ਸ਼ਹੀਦ ਨੇ, ਉਹਦੇ ਬੜੀ ਜਗ੍ਹਾ 'ਤੇ ਸ਼ਹੀਦ ਨੇ, ਤਾਂ ਬੜਾ ਨਾਂ ਹੈ। ਔਰ ਪਤੰਗਬਾਜ਼ੀ ਉਹਨੇ ਬੜਾ ਆਪਣਾ ਟਾਈਮ ਲਾਇਆ ਕੀਤਾ, ਅਦਾਲਤਾਂ ਜੇ ਦਰਬੜਾ ਵਿਚਾਰਾ ਗਿਆ, ਬਹੁਤ ਅੱਛਾ ਪਤੰਗਬਾਜ਼ੀ। ਅੱਛਾ ਬਟ ਸਾਹਿਬ, ਅੱਜ ਕੱਲ੍ਹ ਕੇ ਪਤੰਗਬਾਜ਼ੋਂ ਕੇ ਲਈ ਕੋਈ ਨਸੀਹਤ? ਪਤੰਗਬਾਜ਼ੀ ਨੇ ਨਾ, ਇਹ ਤੁਸੀਂ ਇਹਨੂੰ ਪਤੰਗਬਾਜ਼ੀ ਨਹੀਂ ਕਹਿ ਸਕਦੇ ਹੋ, ਇਹ ਪਤੰਗਬਾਜ਼ੀ ਇਹਨਾਂ ਨੂੰ ਵਸਬ ਨਹੀਂ ਹੈਗਾ, ਬਸ ਪਤੰਗਬਾਜ਼ੀ ਕਰਦੇ ਨੇ। ਇਹਨਾਂ ਨੇ ਪਤੰਗਬਾਜ਼ੀ ਖਰਾਬ ਕਰ ਦਿੱਤੀ, ਹੋਰ ਕੁਛ ਨਹੀਂ ਕੀਤਾ ਇਹਨਾਂ ਨੇ, ਮੋਟੀਆਂ ਡੋਰਾ ਉਡਾ ਉਡਾ ਕੇ ਨਾ ਵਸਬ ਖਤਮ ਹੋ ਗਿਆ। ਪੇਜ ਕਰਨ ਜਿੰਨੇ ਮਰਜ਼ੀ ਲੇਕਿਨ ਵਸਬ ਨਾ ਕਰਨ, ਉਹ ਵਸਬ ਖਤਮ ਹੋ ਗਿਆ, ਸਾਰਾ ਕੁਛ ਪਤੰਗ ਸਭ ਕੁਛ ਖਤਮ ਹੋ ਗਿਆ। ਜਿਹੜੇ ਪੇਜ ਕਰਨ ਵਾਲੇ ਨੇ ਵਿਚਾਰੇ ਘਰਾਂ 'ਚ ਬੈਠੇ ਨੇ, ਲੂਲੇ ਹੋ ਗਏ ਉਹ ਲੂਲੇ ਹੋ ਗਏ ਨੇ, ਅਤੇ ਜਿਹੜੇ ਮੁੰਡੇ ਨਵੇਂ ਨੇ ਉਹ ਕਹਿੰਦੇ ਅਸੀਂ ਪਤੰਗਬਾਜ਼ ਆ ਸੀਗਾ, ਚਲੋ ਠੀਕ ਹੈ, ਹੁਣ ਅਸੀਂ ਕਦੀ ਪਤੰਗਬਾਜ਼ੀ ਨਹੀਂ ਕੀਤੀ, ਨਾ ਉਡਾਈਏ ਕਦੀ ਪਤੰਗਬਾਜ਼ੀ। ਬਟ ਸਾਹਿਬ ਉਸਤਾਦ ਮੀਰਦੀਨ ਬਿਹਤਰੀਨ ਪਤੰਗ ਸਾਹਿਬ ਸੀ, ਬਿਹਤਰੀਨ ਪਤੰਗ ਸਾਹਿਬ ਸੀ। ਔਰ ਮੋਚੀ ਦਾ ਸੀ ਖਾਲਦ, ਉਹ ਬਹੁਤ ਅੱਛੀ ਪਤੰਗ ਬਣਾਉਂਦਾ ਸੀ, ਅਲਤਾਫ ਖਾਨ ਸੀ, ਨੱਥਾ ਸੀ, ਉਸਤਾਦ ਮੰਮੂਆ ਸੀ, ਇਹ ਬੜੀ ਅੱਛੀਆਂ ਪਤੰਗਾਂ ਬਣਾ ਰਹੇ ਸੀ, ਬਹੁਤ ਅੱਛੀਆਂ ਪਤੰਗਾਂ ਬਣਾ ਰਹੇ ਸੀ। ਉਹ ਕੀ ਅੱਛਾ ਕੀ ਨਾਂ ਸੀ, ਮੁਸਤਫਾ ਸ਼ਾਹ, ਮੁਸਤਫਾ ਸ਼ਾਹ ਬਹੁਤ ਅੱਛੀ ਪਤੰਗ ਬਣਾਉਂਦਾ ਸੀ, ਉਹ ਬੜਾ ਅੱਛੇ ਬਣਦੀ। ਬਾਲਾ ਸਿੰਘ ਮੁੰਡਾ ਇਕਬਾਲ ਬਾਲਾ ਸੀ, ਮਹਿਰ ਕਾਲੇ ਦਾ ਪੁੱਤਰ, ਮਹਿਰ ਕਾਲਾ ਵੀ ਤੇ ਬਾਲਾ ਵੀ ਬਹੁਤ ਅੱਛੀ ਪਤੰਗ ਬਣਾਉਂਦੇ ਸੀ, ਉਹ ਬੜੇ ਅੱਛੇ ਪਤੰਗ ਸਾਹ ਸੀ। ਤੇ ਇਹਦਾ ਨਾਂ ਕੀ ਫਿਆਸੋਨੀ ਵਾਲਾ, ਉਹ ਵੀ ਬੜੀ ਅੱਛੀ ਪਤੰਗ ਬਣਾਉਂਦਾ ਹੈ। اچھا بٹ صاحب، اس دن کرنل سعید صاحب نے ایک بات کی تھی، انہوں نے یہ کہا تھا کہ مسئلہ یہ ہے کٹنا کٹانا تو ہوتا رہتا ہے، وہ ہو جانا ہے، جی جی، لیکن سپورٹس مین اسپرٹ ہونی چاہیے، آپ کیا کہیں گے؟ ਇਹੋ ਹੀ ਹੋਣਾ ਚਾਹੀਦਾ, ਸ਼ੌਕ ਹੋਣਾ ਚਾਹੀਦਾ, ਕੱਟੀ ਕਟਾਈ ਜਾਣੀ ਕੋਈ ਗੱਲ ਨਹੀਂ, ਉਹ ਕੋਈ ਬੰਦਾ ਵੀ ਕੱਟ ਸਕਦਾ, ਲੇਕਿਨ ਤੁਸੀਂ ਭਾਵੇਂ ਜਿੰਨਾ ਮਰਜ਼ੀ ਅੱਛਾ ਪਤੰਗ ਬਾਅਦ ਹੋਵੋ, ਕੱਟਣ ਤੋਂ ਪਹਿਲੇ ਕਹਿ ਜਾਣਾ ਕਿ ਮੈਂ ਬੜਾ ਕੱਟ ਸਕਦਾ ਸਾਂ, ਉਹ ਗਲਤ ਹੈ। ਕੱਟਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਜੀ ਮੈਂ ਬਹੁਤ ਅੱਛਾ ਪੇਸ਼ ਕੀਤਾ, ਔਰ ਦੇਖਣ ਵਾਲੇ ਵੀ ਕਹਿਣਗੇ ਅੱਛਾ ਪੇਸ਼ ਕੀਤਾ। ਇਹ ਨਹੀਂ ਗਾ ਤੁਸੀਂ ਪਹਿਲੇ ਨਹੀਂ ਦੱਸ ਸਕਦੇ ਕਿ ਕੌਣ ਕੱਟੇਗਾ ਅਤੇ ਕੌਣ ਨਹੀਂ ਕੱਟੇਗਾ। ਜਿੰਨੀ ਮਰਜ਼ੀ ਅੱਛੀ ਪਤੰਗਬਾਜ਼ੀ ਕਰ ਲਓ, ਜਿੰਨੀ ਮਰਜ਼ੀ ਅੱਛੀ ਡੋਰ ਉਡਾ ਲਓ, ਪਤੰਗ ਅੱਛੀ ਉਡਾ ਲਓ, ਪਤੰਗ ਪੇਜ 'ਚ ਅੱਛਾ ਲੜਾ ਲਓ, ਫਿਰ ਵੀ ਨਹੀਂ ਪਤਾ ਲੱਗੇਗਾ ਕਿ ਕੌਣ ਕੱਟ ਕਿਵੇਂ ਕੱਟਣਾ, ਔਰ ਜਿਹਦੇ ਕੱਟੋਗੇ ਫਿਰ ਤਾਂ ਪਤਾ ਲੱਗੇਗਾ। ਇਸ ਤਰ੍ਹਾਂ ਨਹੀਂ ਦੱਸ ਸਕਦੇ। ਸਭ ਬੜੀ ਸਕਿੱਲ ਪਤੰਗਬਾਜ਼ੀ ਕੇ ਪਾਸ ਕਿਆ ਹੋਣੀ ਚਾਹੀਏ? ਸਕਿੱਲ ਉਹਨੇ ਹੋਣਾ ਚਾਹੀਦਾ, ਫਿਰ ਪਾਵਰ ਹੋਣੀ ਚਾਹੀਦੀ ਆਪਣੀ ਕਿ ਇੱਥੋਂ ਨਾ ਪਤੰਗ ਛੱਡੇ, ਪਤੰਗ ਸਹੀ ਲੜਾਏ, ਬਸ ਇਹ ਹੋਈ ਬਰੀਕ ਡੋਰ ਸਮਝ ਕੇ। ਇਹ ਨਹੀਂ ਹੈਗਾ ਕਿ ਮੋਟੀਆਂ ਅੱਜ ਕੱਲ੍ਹ ਡੋਰਾਂ ਉੱਡਦੀਆਂ ਨੇ, ਭਾਵੇਂ ਖਿੱਚ ਲੈਣ ਜੋ ਮਰਜ਼ੀ ਹੋਵੇ, ਉਹ ਟੁੱਟਦੀ ਨਹੀਂ, ਡੋਰ ਦੇ ਜਿਹੜੀ ਬਿਲਕੁਲ ਬਰੀਕ ਹੋਵੇ ਉਹਦੇ ਮੁਤਾਬਕ ਪਤੰਗ ਉਡਾਉਣ। ਇਹ ਤਾਂ ਪਤੰਗਾਂ ਹੀ ਉਡਾਉਂਦੇ ਦੇ ਮੁਤਾਬਕ, ਇਹ ਤਾਂ ਪਤੰਗਾਂ ਉਡਾਉਂਦੇ ਨੇ ਲੱਕੜ ਜਿਹੀਆਂ ਬਿਲਕੁਲ ਸਖ਼ਤ, ਡੋਰਾਂ ਮੋਟੀਆਂ, ਉਹ ਇਹਨਾਂ ਨੂੰ ਵਸਬ ਨਹੀਂ ਆ ਸਕਦਾ, ਸਾਰੀ ਜ਼ਿੰਦਗੀ ਨਹੀਂ ਆਉਣਾ, ਅੱਗੋਂ ਵੀ ਨਹੀਂ ਆਉਣਾ। ਅਗਰ ਕਿਸੇ ਪਤੰਗਬਾਜ਼ੀ ਸਹੀ ਕਰਾਂ ਤਾਂ ਫਿਰ ਵਸਬ ਆਉਂਦਾ, ਅਤੇ ਹੁਣ ਜਿਹੜੀ ਪਤੰਗਬਾਜ਼ੀ ਨੇ ਵਸਬ ਦੇਣੀ ਹੈ, ਇਹ ਬਸ ਸ਼ੌਕ ਹੈ, ਅਸੀਂ ਜਾਂਦੇ ਹਾਂ ਜਿਹਨੂੰ ਗੁਜ਼ਾਰ ਰਹੇ ਹਾਂ, ਮਾਲ ਬਰਬਾਦ ਕਰਨੇ, ਹੋਰ ਕੋਈ ਗੱਲ ਨਹੀਂ ਹੈ। ਜੇ ਅਗਰ ਸ਼ੌਕ ਰੱਖਦੇ ਹੋਣ ਤੇ ਅੱਛੀ ਡੋਰ ਪਤੰਗ ਪੇਜ ਅੱਛਾ ਲੈਣਾ ਹੋਵੇ, ਇਹਨਾਂ ਨੂੰ ਵਸਬ ਆਵੇ, ਪਤੰਗ ਹੁੰਦਾ, ਉਹਨਾਂ ਤੋਂ ਪਤਾ ਹੀ ਕੁਛ ਨਹੀਂ ਅੱਜ ਕੱਲ੍ਹ ਦੇ ਮੁੰਡਿਆਂ ਨੂੰ, ਇਹਨਾਂ ਕੋਈ ਪੁੱਛ ਪਤਾ ਹੈਗਾ। ਜਿਹੜੇ ਚੰਗੇ ਬੰਦੇ ਨੇ ਉਹ ਵੀ ਗੱਲ ਹੋ ਗਏ ਨੇ, ਜਿਹੜੇ ਚੰਗੇ ਨੇ ਅਜੇ ਚੰਗੇ ਡੋਰ ਪਤੰਗ ਉਡਾਉਂਦੇ ਨੇ, ਵਿਚਾਰੇ ਪਾਗਲ ਹੋ ਗਏ ਨੇ, ਜੇ ਡੋਰਾਂ ਖਲਤ ਉਡਾਉਂਦੇ ਨੇ ਉਹ ਵੀ ਫੋਲ ਕਰ ਦੋ ਵੀ ਫੋਲ ਕਰ, ਉਹਨੇ ਪਤੰਗਬਾਜ਼ੀ ਖਰਾਬ ਕਰ। ਅੱਛਾ ਬੰਦਾ ਜਿਹੜਾ ਚੰਗਾ ਭਲਾ ਬੰਦਾ ਨਾ, ਉਹ ਵੀ ਗਲਤ ਡੋਰ ਉਡਾ ਲੈ, ਇਸ ਕਰਕੇ ਕਿ ਸੋਚਦਾ ਕਿ ਯਾਰ ਇਹਨੇ ਉਡਾਈ ਹੈ, ਮੈਂ ਵੀ ਉਡਾ ਲਵਾਂ, ਨਹੀਂ ਤਾਂ ਮੇਰੀਆਂ ਕੱਟੀ ਜਾਏਗਾ ਮੋਟੀ ਡੋਰ ਵਾਲਾ। ਇਸ ਕਰਕੇ ਡੋਰ ਅੱਛੀ ਉਡਾਉਣੀ ਚਾਹੀਦੀ ਹੈ, ਪੇਜ ਅੱਛਾ ਲੈਣਾ ਚਾਹੀਦਾ, ਪਤੰਗ ਅੱਛੀ ਉਡਾਉਣੀ ਚਾਹੀਦੀ ਹੈ, ਡੋਰ ਲਾਉਣਾ ਸਾਦੀ ਹੈ, ਡੋਰ ਲਾਉਣਾ ਸਾਦੀ ਹੈ, ਪਤੰਗ ਬਣਾਉਣਾ ਸਾਦੀ ਹੈ, ਪੇਜ ਲਾਉਣਾ ਸਾਦੀ ਹੈ, ਕੱਟੀ ਪਤਾ ਹੀ ਗਿਰੀ ਜਾਣੀ, ਕੱਟੀ ਨਹੀਂ ਪਤਾ ਗਿਰੀ ਜਾਣੀ, ਡੋਰ ਲਾਉਣੇ ਸਾਦੀ ਹੈ। ਅਤੇ ਜੇ ਡੋਰ ਲਾਉਂਦੇ ਨੇ ਨਾ, ਇਹ ਬੜੇ ਬੜੇ ਉਸਤਾਦ ਨੇ, ਬੜੇ ਬੜੇ ਅੱਛੇ ਉਸਤਾਦ ਨੇ, ਫੌਜ ਹੋ ਗਏ ਨੇ, ਬਿੱਲਾ ਬਹੁਤ ਅੱਛੀ ਡੋਰ ਲਾਉਂਦਾ ਸੀ, ਮਹਿਮੂਦ ਬਹੁਤ ਅੱਛੀ ਲਾਉਂਦਾ, ਲੰਨਾ ਬਹੁਤ ਅੱਛੀ ਡੋਰ ਲਾਉਂਦਾ ਸੀ, ਆਹ ਸਾਰੇ ਡੋਰ ਲਾਉਣ ਵਾਲੇ ਬਹੁਤ ਅੱਛੇ ਸੀ। ਇਹ ਵਿਚਾਰੇ ਮਰ ਗਏ ਨੇ, ਆਪਣਾ ਕੀ ਉਹਨਾਂ ਨੂੰ ਉਸਤਾਦ ਹੈਗਾ ਸੀ ਸਾਜਾ ਭਰਾਣ, ਸਾਜਾ ਭਰਾਣ ਬੜੀ ਅੱਛੀ ਡੋਰ ਲਾਉਂਦਾ ਸੀ, ਬਿੱਲਾ ਬਿੱਲਾ ਮੈਂ ਬਿੱਲਾ ਦੱਸਿਆ, ਬਿੱਲਾ ਬਹੁਤ ਅੱਛੀ ਡੋਰ ਲਾਉਂਦਾ ਸੀ, ਸਲਾਮਦੀਨ ਬਹੁਤ ਅੱਛੀ ਡੋਰ ਲਾਉਂਦਾ ਸੀ, ਤਫੈਲ ਬਹੁਤ ਅੱਛੀ ਡੋਰ ਲਾਉਂਦਾ ਸੀ, ਪੋਲ ਬਹੁਤ ਅੱਛੀ ਡੋਰ ਲਾਉਂਦਾ ਸੀ, ਲੇਕਿਨ ਹਾਜੀ ਮੋਹਨ ਹੈ, ਹਾਜੀ ਮੋਹਨ ਬਹੁਤ ਅੱਛੀ ਡੋਰ ਲਾਉਂਦਾ ਸੀ, ਇਹ ਸਾਰੇ ਨਾਮਵਰ ਸੀ। ਅੱਛਾ ਅੱਬੜ ਸਾਹਿਬ, ਦੋ ਮਸਲੇ ਹੈ, ਇੱਕ ਤਰਫ ਪੰਜਾਬ ਹਕੂਮਤ ਜੋ ਹੈ ਉਹ ਵੀ ਅੜੀ ਵੀ ਹੈ, ਦੂਸਰੀ ਤਰਫ ਪਤੰਗਬਾਜ਼ੀ ਪਤੰਗਬਾਜ਼ ਵੀ ਜੋ ਹੈ ਉਹ ਵੀ ਬਜ਼ਦ ਹੈ ਕਿ ਉਹਨਾਂ ਨੇ ਵੀ ਬਾਜ਼ ਨਹੀਂ ਆਣਾ, ਔਰ ਮੋਟੀ ਉਹ ਵੀ ਲੱਗ ਰਹੇ ਨੇ। ਅੱਛੀ ਨਹੀਂ, ਅੱਛੀ ਗੱਲ ਨਹੀਂ। ਆਪ ਦੋਨੋਂ ਪਾਰਟੀਆਂ ਨੂੰ ਕਿਆ ਕਹਿਣਾ ਪਸੰਦ ਹੈ? ਮੈਂ ਇਹਨਾਂ ਨੂੰ ਇਹ ਹੀ ਅਸੀਂ ਕਹਾਂਗੇ ਕਿ ਤੁਸੀਂ ਪਤਾ ਕੀ ਕਰੋ, ਬੈਠ ਕੇ ਨਾ
ਰਿਸ਼ਵਤ ਕਰ ਲਓ ਇਹਨਾਂ ਨਾਲ ਬੈਠ ਕੇ ਕਿ ਅਸੀਂ ਡੋਰ ਇੱਕੋ ਹੀ ਉਡਾਣੀ ਹੈ, ਸਾਨੂੰ ਚਾਰ ਲਾਹੌਰ 'ਚ ਵੱਖੋ ਵੱਖ ਗਰਾਊਂਡਾ ਦੇ ਦੇਣ, ਕਰਕੇ ਸ਼ੌਕ ਬਹੁਤ ਅੱਛਾ ਹੈ, ਇਹਦੇ ਨਾਲ ਨਜ਼ਰਾਂ ਤੇਜ਼ ਹੁੰਦੀ ਹੈ, ਬੰਦਾ ਬੜਾ ਤੰਦਰੁਸਤ ਰਹਿੰਦਾ, ਦੌੜਦਾ ਭੱਜਦਾ, ਵਰਜਿਸ਼ ਬਹੁਤ ਅੱਛੀ ਹੈ ਇਹਦੀ, ਇਹਦੀ ਇਹਦੇ ਕੋਲ ਅੱਛੀ ਵਰਜਿਸ਼ ਕੋਈ ਨਹੀਂ ਹੋ ਸਕਦੀ ਪਤੰਗਬਾਜ਼ੀ ਕੋਲ, ਪਤੰਗਬਾਜ਼ੀ ਬਹੁਤ ਅੱਛੀ ਚੀਜ਼ ਹੈ, ਲੇਕਿਨ ਇਹ ਹੈ ਕਿ ਅੱਜ ਕੱਲ੍ਹ ਜਿਹੜੇ ਲੋਕ ਹੈ ਨਾ ਢਾਡੀ ਡੋਰ ਲਾਉਂਦੇ ਨੇ, ਢਾਡੀ ਡੋਰ ਕੋਈ ਹੁੰਦੀ ਨਹੀਂ, ਜੇ ਕਿਸੇ ਕੋਲ ਹੈਗੀ ਕੋਈ ਨਾਮ ਸਾ ਕੇ ਸਾਬਤ ਕਰਦੇ ਨੇ, ਕੋਈ ਢਾਡੀ ਡੋਰ ਨਹੀਂ ਹੁੰਦੀ, ਪਰ ਜਿਹੜੇ ਢਾਡੀ ਡੋਰ ਕਹਿੰਦੇ ਨੇ ਉਹ ਡੋਰ ਨਹੀਂ ਹੁੰਦੀ, ਉਹ ਪਤੰਗਬਾਜ਼ ਮੁੰਡੇ ਜਿਹੜੇ ਨੇ ਨਾ ਲੁਟੇਰੇ ਉਹ ਉਡਾਉਂਦੇ ਨੇ, ਲੁਟੇਰੇ ਤਾਰ ਅੱਗੇ ਲਾ ਕੇ ਪਿੱਛੇ ਟੰਡੀ ਲਾ ਕੇ ਉਹ ਚਮੇੜਦੇ ਨੇ, ਪੇਚ ਨਹੀਂ ਕਰਦੇ, ਉਹ ਸਿਰਫ ਇਕੱਠੀ ਕਰਦੇ ਨੇ, ਤੇ ਢਾਡੀ ਡੋਰ ਜਾਂ ਕੈਮੀਕਲ ਵਾਲੀ ਡੋਰ ਪਤੰਗਬਾਜ਼ ਨਹੀਂ ਉਡਾਉਂਦੇ, ਪਤੰਗਬਾਜ਼ ਨਹੀਂ ਉਡਾਉਂਦੇ, ਉਹ ਜਿੱਦਬਾਜ਼ੀ ਨਾਲ ਕੋਈ ਭਾਵੇਂ ਕੋਈ ਕੈਮੀਕਲ ਬਾਹਰੋਂ ਲੈ ਦੇ ਜਿਹਦਾ ਨਾਮ ਪਤਾ ਲੱਗੇ ਕਿ ਟੋਟਾ ਲਾ ਲੈਂਦੇ ਨੇ, ਵਰਨਾ ਹੁਣ ਜਿਹੜੇ ਪਤੰਗਬਾਜ਼ ਨੇ ਉਹ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਹੋ ਗਿਆ ਹੈ, ਤੇ ਡੋਰ ਹੀ ਸਿਰਫ ਅੱਛੀ ਲਾਉਂਦੇ, ਭਾਵੇਂ ਮੋਟੀ ਉਡਾਣ ਬਰੀਕ ਉਡਾਣ ਉਹ ਉਹਨਾਂ ਦੀ ਆਪਣੀ ਗੱਲ ਹੈ, ਲੇਕਿਨ ਕੈਮੀਕਲ ਕੋਈ ਨਹੀਂ ਉਡਾਉਂਦੇ। ਅੱਛਾ ਬਟ ਸਾਹਿਬ, ਸਾਰੀ ਖਰਾਬੀ ਤੋਂ ਵੀ ਪਤੰਗਬਾਜ਼ੋ ਨੇ ਕੀ ਵੀ ਹੈ, ਅਭੀ ਵੀ ਬਾਜ਼ ਨਹੀਂ ਆਤੇ ਜਿਸ ਕੋ ਮੌਕਾ ਹੈ ਮੋਟੀ ਡੋਰ, ਮੋਟੀ ਡੋਰ ਪੇ ਨਹੀਂ ਜੀ, ਨਹੀਂ ਮੋਟੀ ਡੋਰ ਦਾ ਵੀ ਤੁਸੀਂ ਬਰੀਕ ਵੀ ਕਰ ਲੋਗੇ ਨਾ ਤੇ ਫੇਰ ਦੇ ਦਿਓ, ਇੱਕ ਦਿਨ ਮੋਟਰਸਾਈਕਲ ਬੰਦ ਕਰ ਦਿਓ, ਦੋ ਦਿਨ ਬੰਦ ਕਰ ਦਿਓ, ਇੱਕ ਦੋ ਦਿਨ ਫਿਰ ਬੰਦ ਕਰ ਦੇਣ ਤੇ ਬਸੰਤ ਬਿਹਤਰੀਨ ਹੋ ਸਕਦੀ ਹੈ। ਜਿਹੜਾ ਗੌਰਮੈਂਟ ਕਹਿੰਦੀ ਹੈ ਕਿ ਜੀ ਇਹਦੀ ਤੁਸੀਂ ਜ਼ਿੰਮੇਵਾਰੀ ਭਰੋ, ਇਹਦੀ ਜ਼ਿੰਮੇਵਾਰੀ ਕੌਣ ਭਰ ਸਕਦਾ? ਕੋਈ ਨਹੀਂ ਭਰ ਸਕਦਾ, ਜਿਹੜੇ ਐਕਸੀਡੈਂਟ ਹੁੰਦੇ ਨੇ, ਡਰਾਈਵਰ ਬੈਠੇ ਹੁੰਦੇ ਨੇ, ਜਹਾਜ਼ ਚੱਲਦੇ ਨੇ, ਇਹਦਾ ਮਤਲਬ ਇਹ ਥੋੜ੍ਹਾ ਗਾ ਕਿ ਉਹਨੇ ਜ਼ਿੰਮੇਵਾਰ ਹੋਣਾ ਹੈ, ਕੋਈ ਵੀ ਨੁਕਸ ਪੈ ਕੇ ਕੁਛ ਹੋ ਸਕਦਾ। ਅੱਛਾ ਬਟ ਸਾਹਿਬ, ਅਭੀ ਆਪਨੇ ਇੱਕ ਬਾਤ ਕੀ ਕਿ ਹਾਦਸੇ ਹੋਣੇ ਹੈ, ਉਹ ਤਾਂ ਤਬ ਹੋਣਗੇ ਨਾ ਅਗਰ ਪ੍ਰੋਟੈਕਸ਼ਨ ਨਾ ਹੋ, ਅਗਰ ਇੱਕ ਏਰੀਅਲ ਲਗਾ ਦਿਆ ਜਾਏ। ਮੈਂ ਕਹਿੰਦਾ ਕਿ ਅਗਰ ਅੱਜ ਇਹ ਸੋਚ ਲੈਣ ਕਿ ਪਤੰਗਬਾਜ਼ੀ ਕਰਨੀ ਹੈ ਤਾਂ ਸਿਰਫ ਮੋਟਰਸਾਈਕਲ ਨੂੰ ਇੱਕ ਏਰੀਅਲ ਦੇ ਦੇਣ, ਇੱਕ ਅਗਲੇ ਮੁਕਾਨ ਤੇ ਲਾ ਦੇ, ਇੱਕ ਪਿਛਲੇ ਲਾ ਦੇ, ਕੋਈ ਬੰਦਾ ਨੁਕਸਾਨ ਨਹੀਂ ਹੋਗਾ, ਜਿੰਨੀ ਮੋਟੀ ਮਰਜ਼ੀ ਡੋਰ ਉਡਾਣ, ਜੋ ਮਰਜ਼ੀ ਕੁਛ ਹੋਵੇ ਕੁਛ ਨਹੀਂ ਹੋਗਾ, ਲੇਕਿਨ ਇੱਕ ਜ਼ਰੂਰ ਗਵਰਨਮੈਂਟ ਕਰੇ ਕਿ ਜਿਹੜਾ ਮੁੰਡਾ ਤੰਦੀ ਤਾਰਾ ਲੈਣਾ ਇਹਨੂੰ ਕਦੀ ਨਾ ਛੱਡਣ, ਲੁਟੇਰੇ ਨੂੰ ਚਮੇੜੇ ਨਾਲ ਇਹਨੂੰ ਫੜ ਲੈਣ, ਉਹ ਅਗਰ ਫੜ ਲੈਣਗੇ ਨਾ ਤੇ ਤੁਹਾਡੀ ਪਤੰਗਬਾਜ਼ੀ ਬਹੁਤ ਅੱਛੀ ਹੋ ਜਾਏਗੀ, ਲੋਕਾਂ ਦਾ ਸ਼ੌਕ ਬਹੁਤ ਅੱਛਾ ਹੋ ਜਾਏਗਾ, ਜੋ ਬੱਚੇ ਛੱਤ ਸੇ ਗਿਰਤੇ ਹੈ ਔਰ ਇਹ ਜੋ ਫਾਇਰਿੰਗ ਹੈ, ਇਹ ਮੇਰੇ ਨਹੀਂ ਖਿਆਲ ਸੇ ਕਿ ਪਤੰਗਬਾਜ਼ੀ ਕੇ ਜ਼ਿੰਮੇ ਆਣੀ ਚਾਹੀਏ, ਜਿਹੜੇ ਉਹਨੇ ਜੇ ਬੰਦੇ ਜਿਨ੍ਹਾਂ ਕੋਲ ਅੱਲਾ ਪਾਕ ਨੇ ਪੈਸੇ ਜ਼ਿਆਦਾ ਦਿੱਤੇ ਨੇ, ਇਸ ਲਈ ਬਦਮਾਸ਼ੀ ਕਰਦੇ ਨੇ, ਵਰਨਾ ਪਤੰਗਬਾਜ਼ ਕੋਈ ਵੀ ਗੋਲੀ ਨਹੀਂ ਚਲਾਉਂਦਾ, ਪਤੰਗਬਾਜ਼ ਤੇ ਆਪਣੀ ਹੋਸ਼ ਨਹੀਂ ਹੁੰਦੀ, ਉਹਦੀ ਪਤੰਗ ਕੱਟੀ ਜਾਂਦੀ ਤਾਂ ਵਿਚਾਰਾ ਪਰੇਸ਼ਾਨ ਹੁੰਦਾ, ਉਹ ਕਹਿੰਦਾ ਮੈਂ ਅੱਛੀ ਤੋਂ ਅੱਛੀ ਡੋਰ ਉਡਾਵਾਂ, ਅੱਛੀ ਤੋਂ ਪਤੰਗਬਾਜ਼ੀ ਕਰਾਂ, ਤੇ ਉਹਨੂੰ ਜਦ ਉਹਨੇ ਪਤੇ ਸੂਝ ਬੁਝ ਹੁੰਦੀ ਕਿ ਮੈਂ ਫੇਰ ਹਵਾਈ ਫਾਇਰਿੰਗ ਕਰ ਰਹੀ, ਹਵਾਈ ਫਾਇਰਿੰਗ ਉਹ ਕਰਦੇ ਜਿਹੜੇ ਦੋ ਨੰਬਰ ਬੰਦੇ ਨੇ ਬਦਮਾਸ਼ ਨੇ ਫਲਾ ਰੱਖਿਆ ਹੈ, ਸ਼ਰੀਫ ਆਦਮੀ ਕੋਈ ਨਹੀਂ ਕਰਦਾ, ਸ਼ਰੀਫ ਆਦਮੀ ਕੋਈ ਨਹੀਂ ਕਰਦਾ, ਅਗਰ ਇਹ ਤੁਸੀਂ ਸਿਰਫ ਥੋੜ੍ਹੀ ਜਿਹੀ ਪਾਬੰਦੀ ਹੈ ਲਾ ਦਿਓ, ਪਾਬੰਦੀ ਨਹੀਂ ਲਾਉਣੀ, ਤੁਸੀਂ ਖੋਹ ਨਹੀਂ ਦਿਓ ਪਤੰਗਬਾਜ਼ੀ ਨੂੰ, ਪਤੰਗਬਾਜ਼ੀ ਬਹੁਤ ਅੱਛੀ ਚੀਜ਼ ਹੈਗੀ ਹੈ, ਇਹ ਤੇ ਇਹਨਾਂ ਦੇ ਲੋਕਾਂ ਨੇ ਜਿਹੜਾ ਕਿਹਾ ਢਾਡੀਦਾਰ ਫਲਾਣੀ ਜੇ ਕੁਛ ਨਹੀਂ ਹੁੰਦਾ, ਤੁਸੀਂ ਸਿਰਫ ਢਾਡੀਦਾਰ ਵਾਲੇ ਮੁੰਡੇ ਨੂੰ ਫੜ ਲਓ, ਉਹਨੂੰ ਤੁਸੀਂ ਸਜ਼ਾ ਪੂਰੀ ਦਿਓ, ਇਹ ਨਹੀਂ ਗਾ ਕਿ ਤੁਸੀਂ ਫੜੋ ਤੇ ਪੈਸੇ ਲੈ ਲਓ ਤੇ ਛੱਡ ਦਿਓ, ਨਹੀਂ ਨਹੀਂ ਇਹ ਗੱਲ ਗਲਤ ਹੈ, ਉਹਨੂੰ ਫੜ ਕੇ ਉਹਦੀ ਸਜ਼ਾ ਪੂਰੀ ਦਿਓ ਉਹਨੂੰ, ਤਾਂ ਕਿ ਉਹਦੇ ਮਾਂ ਪਿਓ ਨੂੰ ਵੀ ਪਤਾ ਲੱਗੇ ਅੱਜ ਤਾਂ ਉਹ ਕਦੀ ਢਾਡੀਦਾਰ ਉਡਾਏਗਾ ਹੀ ਨਹੀਂ, ਉਹ ਕਦੀ ਉਡਾਏਗਾ, ਅਸੀਂ ਇੱਥੇ ਜਾਂਦੇ ਹਾਂ ਉਹ ਮਾਂ ਪਿਓ ਪਿੱਛੇ ਚਲੇ ਜਾਂਦਾ, ਕੋਈ ਪੈਸੇ ਦਿੰਦੇ ਨੇ ਲਿਆ ਕੇ ਛੱਡ ਦਿੰਦੇ ਨੇ, ਉਹ ਫਿਰ ਉਹੀ ਕੰਮ ਕਰਦਾ, ਇਸ ਕਰਕੇ ਇੱਕ ਟੰਡੀ ਤਾਰ ਅਗਰ ਨਹੀਂ ਉੱਡੇਗੀ ਤੇ ਪਤੰਗਬਾਜ਼ੀ ਬਹੁਤ ਅੱਛੀ ਹੋਏ, ਪਤੰਗਬਾਜ਼ੀ ਬਹੁਤ ਅੱਛੀ, ਤੇ ਅੱਜ ਤਾਂ ਜਿਹੜੀ ਡੋਰ ਵੇਚਦੇ ਨੇ 5,000 ਦੀ ਚਰਖੀ, 1,000 ਰੁਪਏ ਦੀ ਚਰਖੀ ਜਿਹੜੀ 5,000 ਦੀ ਵੇਚਦੇ ਨੇ, ਇਹ ਨਹੀਂ ਹੋਣਾ ਚਾਹੀਦਾ, ਸ਼ੌਕ ਹੋਣਾ ਚਾਹੀਦਾ ਹੈ, ਜਿਹੜੇ ਪਤੰਗ ਵੇਚਦੇ ਪਏ ਨੇ 200 ਰੁਪਏ ਦੀ, ਅਸੀਂ 50 ਰੁਪਏ ਦੀ ਲੈਣਾ ਹੈ, 200 ਰੁਪਏ ਦੀ ਲਾ ਰਹੇ ਨੇ ਪਤੰਗ, ਲੇਕਿਨ ਪਤੰਗ ਜਿਹੜੀ ਹੈ ਨਾ ਉਹ ਅੱਛੀ ਉਡਾਣ, ਵੱਡੀ ਉਡਾਣ, ਮਹਿੰਗੀ ਲੈਣ, ਕੋਈ ਡਰ ਨਹੀਂ, ਲੇਕਿਨ ਪੇਚ ਬਸਰ ਨਾ ਕਰ, ਪੇਚ ਬਸਰ, ਜਿਹਨੂੰ ਪੇਚ ਨਹੀਂ ਬਸਰ ਨਾ ਕਰਨਾ ਉਹ ਪਤੰਗਬਾਜ਼ ਨਹੀਂ ਹੋ ਸਕਦਾ, ਉਹ ਸ਼ੌਕ ਹੈ ਜਿਦਾਂ ਮਰਜ਼ੀ ਪੁੱਠੀ ਸਿੱਧੀ ਆ, ਭਾਵੇਂ ਪੈਸਿਆਂ ਨਾਲ ਬਾਦਸ਼ਾਹ ਜਿੱਦਰ ਕਰਕੇ ਖੇਡ ਲਵੇ, ਲੇਕਿਨ ਪਤੰਗਬਾਜ਼ ਜਿਹੜੀ ਬਹੁਤ ਅੱਛੀ ਚੀਜ਼ ਹੈ, ਇਨਸਾਨ ਨੂੰ ਬੜਾ ਦਿਮਾਗ ਤੇਜ਼ ਕਰਦੀ ਹੈ ਪਤੰਗਬਾਜ਼ੀ, ਅਗਰ ਤੁਸੀਂ ਮੇਰਾ ਮੈਂ ਤੁਹਾਨੂੰ ਬੜੀ ਅੱਛੀ ਗੱਲ ਦੱਸਾਂ, ਬਿਮਾਰ ਹੋਵੋ, ਕੁਛ ਹੋਵੇ, ਪਰੇਸ਼ਾਨ ਹੋਵੇ, ਤੁਸੀਂ ਪਤੰਗਬਾਜ਼ੀ ਕਰੋਗੇ ਨਾ ਤੁਹਾਡੀ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣੀਆਂ, ਜੇ ਤੁਸੀਂ ਜਿੰਨੀ ਦੇਰ 2-3-4 ਘੰਟੇ ਪਤੰਗਬਾਜ਼ੀ ਕਰੋ, ਤੁਹਾਡਾ ਨਾ ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ, ਜਿੱਦਾਂ ਤੁਸੀਂ ਫਾਰਗ ਹੋ ਜਾਓ ਫਿਰ ਆਰਾਮ ਕਰ ਜਾਓਗੇ ਤਾਂ ਫਿਰ ਉਹ ਪਰੇਸ਼ਾਨੀ ਲੱਗ ਜਾਏਗੀ, ਪਤੰਗਬਾਜ਼ੀ ਬਹੁਤ ਅੱਛੀ ਚੀਜ਼ ਹੈ, ਖੋਲ੍ਹਣੀ ਚਾਹੀਦੀ ਅਤੇ ਬੰਦ ਨਹੀਂ ਹੋਣੀ ਚਾਹੀਦੀ, ਇਹਦਾ ਤਰੀਕਾ ਕਾਰ ਬਣਾ, ਇਹ ਨਹੀਂ ਗਾ ਕਿ ਜਿਹੜੀ ਚੀਜ਼ ਹੋਵੇ ਉਹਨੂੰ ਤੁਸੀਂ ਬੰਦ ਕਰ ਦਿਓ, ਬੰਦ ਨਹੀਂ ਹੋਣੀ ਚਾਹੀਦੀ, ਔਰ ਜਿਹੜੇ ਲੋਕਾਂ ਨੇ ਨਾ ਜੀ ਇਹ ਢਾਡੀ ਡਾਰ ਉਡਾਉਂਦੇ ਨੇ, ਕੋਈ ਬੰਦਾ ਇੱਕ ਵੀ ਲੈਣ ਜਿਹੜਾ ਢਾਡੀ ਡੋਰ ਉਡਾਉਂਦਾ, ਢਾਡੀ ਡੋਰ ਹੁੰਦੀ ਨਹੀਂ, ਤੇ ਬਿਲਕੁਲ ਗਲਤ ਕਹਿੰਦੇ ਨੇ, ਜਿਹੜੇ ਮਿੰਨੇ ਵੀ ਆਉਂਦੇ ਨੇ ਕੋਈ ਢਾਡੀ ਡੋਰ ਨਹੀਂ ਆਉਂਦੀ, ਨਹੀਂ ਤਾਂ ਕੋਈ ਬੰਦਾ ਆਇਆ ਤੇ ਉਹਨੂੰ ਕਹਿੰਦਾ ਸਾਡੇ ਕੋਲ ਆਵੇ, ਸੌਂਦਾ ਹੋਵੇ ਕਿ ਮੈਂ ਢਾਡ ਉਡਾਈ ਜੀ, ਢਾਡ ਤੇ ਕੋਈ ਉਡਾ, ਪਤੰਗਬਾਜ਼ ਨਹੀਂ ਉਡਾਉਂਦੇ, ਅਸੀਂ ਉਹ ਲੁਟੇਰੇ ਜਿਹੜੇ ਨਾ ਉਹ ਚਮੇੜੇ ਨਾਲ ਸੁਡਾਉਂਦੇ ਨੇ, ਬਸ ਉਹਨਾਂ ਦੀ ਦਿਹਾੜੀ ਲੱਗਦੀ ਹੈ ਨਾ, 200 ਦੀ ਪਤੰਗ ਹੋ ਗਈ, 150 ਦੀ ਹੋ ਗਈ,
ਉਹਨਾਂ ਨੇ ਦਿਹਾੜੀ ਲਾਣੀ ਦੇ ਅਗਰ ਅਗਰ ਫੜ ਲੈਣ ਤੇ ਬੜੇ ਬੜੇ ਛੇ ਸ਼੍ਰੀ ਆਦਮੀ ਕਰਦੇ ਨੇ, ਜੱਜ ਕਰਦੇ ਨੇ, ਬੜੇ ਬੜੇ ਵਕੀਲ ਕਰਦੇ ਨੇ, ਡਾਕਟਰ ਕਰਦੇ ਨੇ, ਇੰਜੀਨੀਅਰ ਕਰਦੇ ਨੇ, ਬੜੇ ਰਈਸ ਕਰਦੇ, ਮਿਲ ਉਹਨਾਂ ਬੜੇ ਕਿਤਾਬਾਜੀ ਕਰਦੇ ਨੇ, ਆਪਣਾ ਟਾਈਮ ਤਫਰੀ ਬਹੁਤ ਅੱਛੀ ਕਰਦੇ ਨੇ, ਆਪਣੇ ਘਰ ਬਹਿੰਦੇ ਨੇ, ਖਾਂਦੇ ਪੀਂਦੇ ਨੇ, ਬਾਹਰ ਜਾਂਦੇ ਨੇ, ਉੱਥੇ ਪਤੰਗਬਾਜ਼ੀ ਕਰਦੇ ਨੇ, ਬੜੇ ਬੜੇ ਅੱਛੇ ਜਨਰਲ ਕਰਨਲ ਸਭ ਪਤੰਗਬਾਜ਼ੀ ਕਰਦੇ ਨੇ, ਲੇਕਿਨ ਉਹਦਾ ਥੋੜ੍ਹੇ ਨਾਲ ਤਰੀਕਾ ਕਰਦਾ ਹੈ, ਬੰਦ ਕਰਨ ਦਾ ਕੋਈ ਤਰੀਕਾ ਨਹੀਂ, ਬੰਦ ਕਰਨ ਦਾ ਕੋਈ ਪਤੰਗਬਾਜ਼ੀ ਤੁਸੀਂ ਖੋਲੋ ਕੋਈ ਨੁਕਸਾਨ ਨਹੀਂ ਹੋਏਗਾ, ਇਹ ਹਾਦਸਾ ਤਾਂ ਹੋਣਾ ਤੇ ਐਕਸੀਡੈਂਟ ਵੀ ਹੋ ਜਾਂਦਾ, ਕੋਈ ਤੁਸੀਂ ਐਵੇਂ ਨਹੀਂ ਕਹਿ ਸਕਦੇ ਜਦੋਂ ਡਰਾਈਵਰ ਨੇ ਜਾਣ ਕੇ ਮਾਰਦਾ ਉਹ ਇੱਕ ਹਾਦਸਾ ਹੋ ਗਿਆ ਤੇ ਕੋਈ ਹੋਏਗਾ ਪਤੰਗਬਾਜ਼ ਉਹ ਨਹੀਂ ਕਰੀ ਜਾਏਗਾ ਕਿ ਐਜਾ ਨਹੀਂ ਨੁਕਸਾਨ। ਬਟ ਸਾਹਿਬ ਹਮ ਤੋ ਦੁਆ ਯਹੀ ਕਰੇਂਗੇ, ਹਮਨੇ ਜਿਸ ਸ਼ੌਕ ਕੋ ਦੇਖਤੇ ਹੋਏ ਆਂਖ ਖੋਲੀ ਔਰ ਆਂਖ ਵੀ ਇਧਰ ਹੀ ਖੋਲੀ ਹੈ ਔਰ ਬਟ ਬੈਟਰੀ ਕਾ ਸ਼ੌਕ ਦੇਖਾ ਔਰ ਪੂਰੇ ਦੁਨੀਆ ਨੇ ਮਾਨਾ ਕਿ ਜੀ ਯਹਾਂ ਜੈਸੇ ਸ਼ੌਕ ਕਹੀਂ ਨਹੀਂ ਹੋਤਾ ਥਾ, ਹਮ ਤੋ ਦੁਆ ਕਰੇਂਗੇ ਇੱਕ ਦਫਾ ਇਨਸ਼ਾਅੱਲਾ।